ਸੌਦਾ ਪੱਤਾ ਲਿਆਉਣਾ ਤੇਰੇ ਬਾਈ ਦਾ ਕੰਮ ਹੈ, ਤੂੰ ਖੇਤ ਵੱਲ ਚੱਕਰ ਮਾਰਿਆ, ਉੱਥੇ ਮੁੰਡੇ ਕੌਡੀ ਕੁੱਡੀ ਖੇਡਦੇ ਹੋਣਗੇ, ਤੂੰ ਵੀ ਖੇਡਿਆ। ਜੇ ਗੁੱਸੇ ਹੋ ਗਿਆ ਜੀ, ਪਤਾ ਲੈ ਖੇਤ ਵੱਲ ਚੱਕਰ ਮਾਰਿਆ, ਕੌਡੀ ਖੇਡਿਆ, ਤੁਸੀਂ ਤਾਂ ਮੈਨੂੰ ਗੱਭਰੂ ਵੀ ਨੀ ਹੋਣ ਦਿੰਦੇ। ਭਰਜਾਈ ਕਹਿੰਦੀ ਫਿਟੇ ਹੋ, ਅਸੀਂ ਤੇਰੇ ਗੱਭਰੂ ਹੋਣ ਚ ਕੀ ਬਰੇਕਾਂ ਲਾ ਦੀਆਂ, ਗੱਭਰੂ ਹੋਈ ਜਾ, ਕੋਈ ਕਿਸੇ ਨੂੰ ਰੁਕਦਾ ਥੋੜੀ ਹੁੰਦਾ। ਕਹਿੰਦਾ ਨਹੀਂ ਨਹੀਂ ਮੇਰਾ ਮਤਲਬ ਇਹ ਨਹੀਂ, ਮੇਰਾ ਮਤਲਬ ਤਾਂ ਇਹ ਹੈ ਵੀ ਜੇ ਤੁਸੀਂ ਮੈਨੂੰ ਕੋਈ ਜੱਜ ਦਾ ਕੰਮ ਕਹੋ ਉਹ ਮੈਂ ਕਰਕੇ ਦਿਖਾਵਾਂ, ਜੇ ਕੋਈ ਜ਼ਿੰਮੇਵਾਰੀ ਸੌਂਪੋ ਉਹ ਜ਼ਿੰਮੇਵਾਰੀ ਭੁਗਤਾਵਾਂ। ਤਾਂ ਹੀ ਲੋਕੀ ਆਪਸ ਚ ਗੱਲਾਂ ਕਰਨਗੇ, ਚਰਚਾ ਕਰਨਗੇ ਵੀ ਉਹਨਾਂ ਦਾ ਮੁੰਡਾ ਗੱਭਰੂ ਹੋ ਗਿਆ, ਜਵਾਨ ਹੋ ਗਿਆ, ਜ਼ਿੰਮੇਵਾਰ ਹੋ ਗਿਆ, ਹੁਣ ਤਾਂ ਵਿਆਹ ਦੇ ਕਾਬਲ ਹੋ ਗਿਆ, ਫਿਰ ਕਿਤੇ ਜਾ ਕੇ ਮੇਰੇ ਮੰਗਣੇ ਵਿਆਹ ਦੀ ਗੱਲ ਚੱਲੂਗੀ? ਤੁਸੀਂ ਤਾਂ ਸਵੇਰੇ ਉੱਠ ਕੇ ਕਹਿੰਦੇ ਜਾਂ ਕੌਡੀ ਖੇਡਿਆ ਜਾਂ ਖੇਤ ਵੱਲ ਚੱਕਰ ਮਾਰਿਆ, ਇਹ ਵੀ ਕੰਮ ਇਹਨੂੰ ਕੰਮ ਹੈ। ਉਹ ਕਹਿੰਦੀ ਮੈਂ ਤਾਂ ਇਸ ਕਰਕੇ ਘਬਰਾਉਣੀ ਹੈ ਵੀ ਤੂੰ ਕਦੇ ਸ਼ਹਿਰ ਇਕੱਲਾ ਗਿਆ ਨੀ, ਜੇ ਜਾਣਾ ਹੀ ਹੈ ਆਪਣੇ ਬਾਈ ਨਾਲ ਚਲੇ ਜਾਈ, ਬਾਈ ਨਾਲ ਉਹ ਨੀ ਜਾਣਾ ਚਾਹੁੰਦਾ ਕਿਉਂਕਿ ਉਹਦੇ ਹਾਰਦਿਆਂ ਨੇ ਜਿਹਨਾਂ ਨੇ ਸ਼ਹਿਰ ਕਦੇ ਵੇਖਿਆ ਉਹਨੇ ਦੱਸਿਆ ਹੋਇਆ ਵੀ ਸ਼ਹਿਰ ਇਕੱਲੇ ਜਾਈਦਾ ਹੁੰਦਾ, ਬੜੇ ਨਜ਼ਾਰੇ ਨੇ ਉੱਥੇ, ਬੜੀਆਂ ਵੰਨ ਸਵੰਨੀਆਂ ਚੀਜ਼ਾਂ ਦਿਖਦੀਆਂ ਨੇ, ਜੇ ਬਾਜ਼ਾਰ 'ਚ ਖੜੀਏ ਕੀ ਦਿਖਦਾ ਹੁੰਦਾ, ਮੋੜ 'ਤੇ ਖੜੀਏ ਕੀ ਦਿਖਦਾ ਹੁੰਦਾ, ਕਾਲਜ ਮੂਹਰੇ ਖੜੀਏ ਕੀ ਦਿਖਦਾ ਹੁੰਦਾ, ਜੇ ਕਿਤੇ ਥਾਣੇ ਮੂਹਰੇ ਖੜੀਏ ਫਿਰ ਕੀ ਮਿਲਦਾ ਹੁੰਦਾ, ਇਹ ਸਭ ਕੁਝ ਦੱਸਿਆ ਹੋਇਆ। ਲਓ ਜੀ ਖੈਰ ਲੜ ਝਗੜ ਕੇ ਪੈਸੇ ਲੈ ਗਿਆ, ਆਦਰ ਵੇਲੇ ਜਿਹੜੇ ਖੇਤ 'ਚੋਂ ਸਾਗ ਤੋੜਨ ਵਾਸਤੇ ਗਈ ਪਹਿਲੇ ਕਰੋੜ 'ਤੇ ਤੁਰਿਆ ਆਵੇ, ਭਰਜਾਈ ਨੇ ਦੂਰੋਂ ਹੀ ਪਛਾਣ ਲਿਆ ਵੀ ਹੈ ਤਾਂ ਸਾਡਾ ਹੀ ਕੌਂਡੂ, ਪਰ ਇਹ ਤੁਰਿਆ ਕਿਉਂ ਹੁੰਦਾ, ਘਰੋਂ ਤਾਂ ਪੈਸੇ ਲੈ ਕੇ ਗਿਆ ਸੀ, ਜਿਹਦੀ ਜੇਬ 'ਚ ਅੱਜ ਕੱਲ੍ਹ ਪੈਸੇ ਉਹਦੇ ਤੁਰਦਾ ਕਿੱਥੇ ਆ, ਗੱਡੀ ਮੋਟਰ ਟਰਾਂਦਾ ਰਿਕਸ਼ਾ ਕਿਸੇ ਸਵਾਰੀ 'ਤੇ ਆਉਂਦਾ ਹੁੰਦਾ। ਫਿਰ ਭਰਜਾਈ ਨੇ ਸੋਚਿਆ ਸ਼ਾਇਦ ਪਿੰਡ ਦੀ ਕੋਈ ਰੇਹੜੀ, ਕੋਈ ਗੱਡਾ, ਕੋਈ ਟਰਾਲੀ ਸ਼ਹਿਰ 'ਚ ਟੱਕਰ ਗਈ ਹੋਣੀ ਹੈ, ਸੌਦਾ ਪਿੰਡ ਕਿਉਂ ਉੱਥੇ ਰੱਖ ਦਿੱਤਾ ਹੋਣਾ, ਆਪ ਮੌਜ ਨਾਲ ਤੁਰਿਆ ਆਉਂਦਾ ਹੋਊਗਾ, ਥੋੜ੍ਹਾ ਜਿਹਾ ਨੇੜੇ ਆਇਆ, ਸਮਝ ਗਈ ਵੀ ਮੌਜ ਵਾਲੀ ਚੱਲ ਰਹੀ ਹੈ, ਜ਼ਰੂਰ ਕੋਈ ਭਾਣਾ ਵਰਤਿਆ ਹੋਇਆ। ਮੂੰਹ ਜਿਹਾ ਲੜਕਿਆ ਵੇਖ ਕੇ ਸਮਝ ਗਈ ਵੀ ਉਹ ਇਹ ਤਾਂ ਪਹਿਲੀ ਵਾਰੀ ਸ਼ਹਿਰ ਗਿਆ ਸੀ, ਜ਼ਿੰਮੇਵਾਰੀ ਭੁਗਤਾਉਣ ਚੰਗੀ ਤਰ੍ਹਾਂ ਭੁਗਤਾ ਗਿਆ ਹੈ ਲੱਗਦਾ। ਉਹਨੇ ਵੀ ਸਾਥ ਵਿੱਚ ਹੀ ਛੱਡ ਦਿੱਤਾ, ਡੰਡੀ ਡੰਡੀ ਹੋਲੀ ਉਹਦੇ ਘਰ ਆਉਣ ਤੋਂ ਪਹਿਲਾਂ ਘਰੇ ਪਹੁੰਚ ਗਈ, ਪਰ ਜਦੋਂ ਗੱਭਰੂ ਆਇਆ ਨਾ ਉਹਨੂੰ ਬੈਠਣ ਦਿੱਤਾ ਨਾ ਪਾਣੀ ਤਾਣੀ ਪੀਣ ਦਿੱਤਾ, ਜਿੰਨੇ ਰੋਹਬ ਨਾਲ ਉਹ ਪੈਸੇ ਮੰਗ ਕੇ ਲੈ ਕੇ ਗਿਆ ਸੀ ਉਹਨੇ ਰੋਹਬ ਨਾਲ ਤੋਂ ਹਿਸਾਬ ਮੰਗਣ ਲੱਗ ਗਈ। ਦੋਸਤੋ ਉਹ ਵਿਚਾਰਾ ਪਹਿਲੀ ਵਾਰੀ ਗਿਆ ਸੀਗਾ, ਤੁਸੀਂ ਵੀ ਕਾਪੀ ਪੈਸਾ ਕੱਢ ਲਓ, ਉਹ 100 ਰੁਪਏ ਦਾ ਹਿਸਾਬ ਮੰਗਦੀ ਹੈ, ਉਹ ਖਿੱਚ ਤੂੰ ਕੇ ਕਿਵੇਂ ਪੂਰਾ ਕਰਦਾ, ਕੀ ਪੇਸ਼ ਕਰਨ ਲੱਗੇ ਬਣ ਕੇ ਮੋਰੀ ਤੂੰ
ਸੱਜੇ ਖੱਬੇ
ਮੈਂ ਉਹਨੂੰ ਕਹਿ ਬੈਠਾ ਆ ਕੋਈ ਸੇਵਾ ਕਰੀਏ ਸੇਵਾ ਹੋਰ ਕਿੱਥੇ ਜਾਂਦਾ ਮੈਂ ਉਹਨੂੰ ਕਹਿ ਬੈਠਾ ਆ ਕੋਈ ਸੇਵਾ ਕਰੀਏ ਬਸ ਤੋਂ ਥੱਲੇ ਉਤਰ ਆਈ ਉਹ ਮੇਰੇ ਜਰੀਏ ਨੀ ਬਸ ਤੋਂ ਥੱਲੇ ਉਤਰ ਆਈ ਉਹ ਮੇਰੇ ਜਰੀਏ ਨੀ ਅੱਖ ਬਚਾ ਕੇ ਅੱਖ ਬਚਾ ਕੇ ਅੱਖ ਬਚਾ ਕੇ ਹੋਟਲ ਵਿੱਚ ਜਾ ਬੈਠੇ ਹੋਲੇ ਜੀ ਅੱਖ ਬਚਾ ਕੇ ਹੋਟਲ ਵਿੱਚ ਜਾ ਬੈਠੇ ਹੋਲੇ ਜੀ ਭਾਬੀ ਪੀਆਂ ਦਾ ਬਿਲ ਆ ਗਿਆ ਪੀਤੇ ਕਹਿੰਦੇ ਭੋਲੇ ਜੀ ਪੀਆਂ ਦਾ ਬਿਲ ਆ ਗਿਆ ਪੀਤੇ ਕਹਿੰਦੇ ਭੋਲੇ ਜੀ ਫਿਰ ਮਨਿਆਰੀ ਵਾਲੇ ਨੂੰ ਉਹਨੇ ਕੀਤਾ ਆਰਡਰ ਵੀ ਫਿਰ ਮਨਿਆਰੀ ਵਾਲੇ ਨੂੰ ਉਹਨੇ ਕੀਤਾ ਆਰਡਰ ਉਹਨੇ ਕੀਤਾ ਜੋ ਕੁਝ ਕੀਤਾ ਉਹਨੇ ਕੀਤਾ ਫਿਰ ਮਨਿਆਰੀ ਵਾਲੇ ਨੂੰ ਉਹਨੇ ਕੀਤਾ ਆਰਡਰ ਵੀ ਚੀਤੇ ਪੰਜਾਂ ਦਾ ਲੈ ਲਿਆ ਉਹਨੇ ਤੁਰਕੀ ਪਾਊਡਰ ਵੀ ਚੀਤੇ ਪੰਜਾਂ ਦਾ ਲੈ ਲਿਆ ਉਹਨੇ ਤੁਰਕੀ ਪਾਊਡਰ ਵੀ ਬਾਕੀ ਕਲਗਣਾ ਨੂੰ ਐਵੇਂ ਕਿਉਂ ਘਬਰਾਉਂਦੀ ਏ ਉਹ ਬਾਕੀ ਕਲਗਣਾ ਨੂੰ ਐਵੇਂ ਕਿਉਂ ਘਬਰਾਉਂਦੀ ਜਾਣਦੀ ਦੇ ਹੁਣ ਭਾਬੀ ਕੱਲ ਰੌਲਾ ਪਾਉਂਦੀ ਏ ਜਾਣਦੀ ਦੇ ਹੁਣ ਭਾਬੀ ਜੀ ਰੌਲਾ ਪਾਉਂਦੀ ਏ ਕਹਿੰਦੀ ਸਿਨਮੇ ਜਾਣਾ ਹਾਂ ਕਹਿੰਦੀ ਸਿਨਮੇ ਜਾਣਾ ਨਾ ਉਹ ਮੰਨੀ ਘਾਲਿਆਂ ਦੀ ਕਹਿੰਦੀ ਸਿਨਮੇ ਜਾਣਾ ਨਾ ਉਹ ਮੰਨੀ ਘਾਲਿਆਂ ਦੀ ਪੱਚੀ ਲੈ ਲੈ ਵਿੱਚ ਬਲਾ ਇੱਕ ਦੇ ਟਿਕਟਾਂ ਵਾਲਿਆਂ ਦੀ ਪੂਰੇ ਪੱਚੀ ਲੈ ਲੈ ਵਿੱਚ ਬਲਾ ਇੱਕ ਦੇ ਟਿਕਟਾਂ ਵਾਲਿਆਂ ਦੀ ਖਤਮ ਹੋਈ ਖਤਮ ਹੋਈ ਜਦੋਂ ਉਹ ਖਤਮ ਹੋਈ ਤੈਨੂੰ ਜਿਉਣੇ ਮਾਉਣ ਵਾਲਾ ਚੰਦਰਾ ਦਿਖਾ ਕੇ ਲਿਆਵਾਂ ਸਵਾਰ ਪਈਆਂ ਨੇ ਫਿਰ ਚਾਹਾਂ ਵਰਗੀ ਖਾ ਗਏ ਸੋਚਿਆ ਹੋਰੇ ਜੋਰਾ ਤੂੰ ਅੱਜ ਮੁਰਗੀ ਲੱਭੀ ਵੇ ਸੋਚਿਆ ਹੋਰੇ ਜੋਰਾ ਤੂੰ ਅੱਜ ਮੁਰਗੀ ਲੱਭੀ ਵੇ ਤੇਰੇ ਵਰਗੇ ਉਹਨਾਂ ਨੂੰ ਨਿੱਤ ਮਿਲਦੇ ਤੇਰੇ ਵਰਗੇ ਉਹਨਾਂ ਨੂੰ ਨਿੱਤ ਮਿਲਦੇ ਤੂੰ ਹੱਥ ਕਰਕੇ ਕਰਦੀ ਬੱਲੇ ਬੱਲੇ
ਮਗਰੋਂ ਭੁੱਲਿਆ ਛੋੜ ਗਈ ਭਰੀ ਭੀੜ ਵਿੱਚ ਪਤਾ ਨੀ ਕਿੱਥੇ ਪੱਤੇ ਛੋੜ ਗਏ ਭਰੀ ਭੀੜ ਵਿੱਚ ਪਤਾ ਨੀ ਕਿੱਥੇ ਪੱਤੇ ਛੋੜ ਗਈ ਧਰਤੀ ਕਰ ਤੇਰਾ ਜੋਰ ਪਾਪੀ ਪੈਦਲ ਆਇਆ ਨੀ ਧਰਤੀ ਕਰ ਤੇਰਾ ਜੋਰ ਪਾਪੀ ਪੈਦਲ ਆਇਆ ਨੀ ਧਰਤੀ ਕਰ ਤੇਰਾ ਜੋਰ ਪਾਪੀ ਪੈਦਲ ਆਇਆ